ਅਸਲਾਮ ਵਾਲੇਕੁਮ ਦੋਸਤੋ, ਉਮੀਦ ਕਰਦਾ ਉਸ ਖੈਰੀਅਤ ਨਾਲ ਹੋ ਸੋ। ਔਰ ਅੱਜ ਫਾਇਰਵਾਲ ਦੇ ਹਵਾਲੇ ਨਾਲ ਥੋੜ੍ਹੀ ਜਿਹੀ ਗੁਫ਼ਤਗੂ ਕਰਨਾ ਚਾਹੁੰਦਾ। ਸੁਣੀ ਦੇ 'ਚ ਹੈ ਕਿ ਪਾਕਿਸਤਾਨ ਦੇ ਵਿੱਚ ਇੰਟਰਨੈੱਟ ਦੀ ਫਰਾਹਮੀ ਔਰ ਕੰਜ਼ਿਊਮਰ ਦੇ ਦਰਮਿਆਨ ਇੱਕ ਵਾਲ ਕ੍ਰੀਏਟ ਕੀਤੀ ਗਈ ਹੈ, ਉਸ ਦਾ ਨਾਮ ਹੈ ਫਾਇਰਵਾਲ। ਇਸ ਦੇ ਵਿੱਚ ਕਿਤਨੀ ਕੁ ਸਦਾਕਤ ਹੈ, ਇਸ ਦੇ ਉੱਤੇ ਅਸੀਂ ਬਹਿਸ ਨਾ ਕਰ ਸਕਦੇ। ਇਹ ਕਿਉਂ ਇੰਸਟਾਲ ਕੀਤੀ ਪੈਂਦੀ ਹੈ, ਇੱਕ ਅਲੱਗ ਟੋਪਿਕ ਹੈ, ਜਾਂ ਕਿਉਂ ਕੀਤੀ ਗਈ ਹੈ, ਇੱਕ ਅਲੱਗ ਟੋਪਿਕ ਹੈ। ਅੱਜ ਅਸੀਂ ਬੜੇ ਅਹਿਮ ਮੁੱਦੇ ਦੇ ਉੱਤੇ ਗੱਲ ਪੇ ਕਰਦੇ ਹਾਂ ਕਿ ਬਹੁਤ ਸਾਰੇ ਐਸੇ ਦੋਸਤ ਅਹਿਬਾਬ ਹਨ ਜਿਹੜੇ ਕਿ ਫਾਈਬਰ ਵਿੱਚ ਔਰ ਐਮਾਜ਼ੋਨ ਦੇ ਵਿੱਚ ਟ੍ਰੇਡਿੰਗ ਦੇ ਵਿੱਚ ਯੂਟਿਊਬ ਮੁਖਤਲਿਫ ਪਲੇਟਫਾਰਮਸ ਦੇ ਉੱਤੇ ਕੰਮ ਪੇ ਕਰਦੇ ਨੇ ਔਰ ਰਿਸਕ ਦੇ ਅਸੂਲ ਵਾਸਤੇ ਜਦੋ ਜਹਿਦ ਔਰ ਕੋਸ਼ਿਸ਼ ਪੇ ਕਰਦੇ ਨੇ। ਸੁਨੀਦ ਹੈ ਕਿ ਉਹਨਾਂ ਦੇ ਮਾਮਲਾਤ ਕਾਫੀ ਡਿਸਟਰਬ ਪੇ ਕਰਦੇ ਨੇ। ਇੱਕ ਦੋ ਦੋਸਤਾਂ ਦੱਸਿਆ ਵੀ ਜਨਾਬ ਕਲਾਇੰਟ ਨਾਲ ਡੀਲ ਕਰਨ ਵਿੱਚ ਬੜੀ ਪ੍ਰੋਬਲਮ ਵੀ ਚੱਲਦੀ ਹੈ ਔਰ ਪਾਕਿਸਤਾਨ ਦੇ ਵਿੱਚ ਇਹ ਬੜਾ ਇੱਕ ਮੈਂ ਕ੍ਰਾਈਸਿਸ ਪੇ ਚੱਲਦਾ ਇੰਟਰਨੈੱਟ ਦੇ ਹਵਾਲੇ ਨਾਲ। ਗੁਜ਼ਾਰਿਸ਼ ਹੈ ਉਹਨਾਂ ਤਮਾਮ ਲੋਕਾਂ ਨਾਲ ਕਿ ਪਾਕਿਸਤਾਨ ਸਿਕਿਉਰਿਟੀ ਔਰ ਜਿਹੜੇ ਤੁਹਾਡੇ ਦਿਮਾਗ ਦੇ ਵਿੱਚ ਖਦਸ਼ਾਤ ਹਨ ਉਹਨਾਂ ਨੂੰ ਦੂਰ ਕਰਨ ਵਾਸਤੇ ਸਾਰੀ ਚੀਜ਼ਾਂ ਕੀਤੀਆਂ ਜਾ ਰਹੀਆਂ, ਠੀਕ ਹੈ, ਗੁੱਡ ਇਨਾਫ। ਲੇਕਿਨ ਪਾਕਿਸਤਾਨ ਤੋਂ ਜਿਹੜੇ ਲੋਕ ਬਾਹਰ ਕੰਮ ਕਰਦੇ ਨੇ ਇੰਟਰਨੈੱਟ ਦੀ ਵਜ੍ਹਾ ਤੋਂ ਹੀ ਕੰਮ ਕਰ ਰਹੇ, ਗੁਜ਼ਾਰਿਸ਼ ਹੈ ਕਿ ਉਹਨਾਂ ਦੇ ਰਿਸਕ ਦੇ ਹਸੂਲ ਵਾਸਤੇ ਜਿਹੜੀ ਰੁਕਾਵਟ ਹੈ ਉਸਨੂੰ ਹਟਾਇਆ ਜਾਵੇ। ਜਿਹੜੇ ਲੋਕ ਆਈ ਟੀ ਦੇ ਹਵਾਲੇ ਨਾਲ ਉਹ ਆਦੇ ਨਾ ਬਈ ਡਿਜੀਟਲ ਦਹਿਸ਼ਤਗਰਦ ਹਨ, ਉਹਨਾਂ ਦੇ ਖਿਲਾਫ਼ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ। ਕੋਈ ਵੀ ਮੁਹੱਬ ਵਤਨ ਪਾਕਿਸਤਾਨੀ ਇਸ ਨੂੰ ਇਗਨੋਰ ਨਹੀਂ ਕਰਦਾ। ਆਪਣਾ ਬਹੁਤ ਸਾਰਾ ਧਿਆਨ ਰੱਖੇ ਜੀ, ਖਿਆਲ ਰੱਖਿਆ ਪਾਕਿਸਤਾਨ।